ਆ ਦੇਖੋ ਜੀ ਕਿੱਡੀ ਵੱਡੀ ਕੋਠੀ। ਇਹ ਆ ਜੀ ਮੁੰਡੇ ਵਾਲਿਆਂ ਦੀ ਕੋਠੀ। ਮੈਂ ਤੁਹਾਨੂੰ ਦੱਸਿਆ ਸੀ ਬੜੇ ਅਮੀਰ ਆਦਮੀ ਨੇ ਜੀ, ਬੜੇ ਅਮੀਰ ਆਦਮੀ ਤੇ ਪਹੁੰਚ ਵੀ ਬਾਅਦ ਉੱਪਰ ਤੱਕ ਹੈ ਜੀ, ਉੱਪਰ ਤੱਕ। ਆ ਜਾਓ ਆ ਜਾਓ ਆ ਜਾਓ ਆ ਜਾਓ। ਜੀ ਕਿੰਨੀ ਬੜੀ ਕੋਠੀ ਹੈ, ਬਹੁਤ ਅਮੀਰ ਆਦਮੀ ਨੇ ਜੀ ਬਹੁਤ। ਆ ਦੋ ਕਾਰਾਂ ਤਾਂ ਘਰੇ ਖੜੀਆਂ ਨੇ, ਦੋ ਕਾਰਾਂ ਇੱਧਰ ਉੱਧਰ ਗਈ ਹੋਣਗੀਆਂ ਜੀ, ਚਾਰ ਚਾਰ ਕਾਰਾਂ ਨੇ, ਬਹੁਤ ਅਮੀਰ ਆਦਮੀ ਨੇ ਜੀ। ਇੱਥੇ ਤੱਕ ਪਹੁੰਚਿਆ ਜੀ, ਉੱਪਰ ਤੱਕ ਪਹੁੰਚਿਆ। ਦੇਖੋ ਦੇਖੋ ਜੀ, ਚਾਰੇ ਪਾਸੇ ਚੰਗੀ ਤਰ੍ਹਾਂ ਦੇਖੋ ਸਾਰਾ ਮਕਾਨ। ਇੱਕ ਗੱਲ ਹੋਰ, ਮੁੰਡੇ ਵਾਲਿਆਂ ਦੀ ਦਾਜ ਦਹੇਜ ਦੀ ਤਾਂ ਕੋਈ ਮੰਗੇ ਨਹੀਂ ਹੈਗੀ ਜੀ। ਬਾਕੀ ਤਾਂ ਸਭ ਕੁਛ ਵਧੀਆ ਹੈ, ਹੈ ਕੋਠੀ ਵੀ ਵਧੀਆ, ਖਾਨਦਾਨ ਵੀ ਬਹੁਤ ਉੱਚਾ। ਪਰ ਇੱਕ ਗੱਲ ਸਮਝ ਨੀ ਆਈ, ਹਾਂਜੀ, ਆਹ 2 ਰੁਪਏ ਕਿਲੋ ਵਾਲੀ ਕਣਕ ਵਾਲੇ ਥੈਲੇ ਇਹਨਾਂ ਦੇ ਘਰ ਦੀ ਤੁਹਾਨੂੰ ਮੈਂ ਪਹਿਲੇ ਹੀ ਕਿਹਾ ਨਾ, ਬਹੁਤ ਉੱਤੇ ਤੱਕ ਪਹੁੰਚਿਆ ਜੀ ਇਹਨਾਂ ਦੀ, ਬਹੁਤ ਉੱਤੇ ਤੱਕ। ਇਹਨਾਂ ਨੇ ਜਿਹੜੇ ਆਹ ਨੀਲੇ ਤੇ ਪੀਲੇ ਗਰੀਬਾਂ ਦੇ ਕਾਰਨ ਨਹੀਂ ਹੁੰਦੇ, ਇਹ ਵੀ ਬਣਾਏ ਹੋਏ ਨੇ, ਇਹ ਉਹੀ ਮਿਲੀ ਹੋਈ ਹੈ ਜੀ ਕਣਕ, ਬਹੁਤ ਉੱਪਰ ਤੱਕ ਪਹੁੰਚਿਆ ਜੀ, ਬਹੁਤ ਉੱਪਰ ਤੱਕ। ਤੁਹਾਨੂੰ ਹੋਰ ਦੱਸਾਂ, ਆਹ ਬਾਹਰਲੇ ਪਾਸੇ ਜਿਹੜਾ ਮੀਟਰ ਲੱਗਿਆ ਹੈ ਨਾ ਮੀਟਰ, ਇਹ ਵੀ ਉਹੀ ਆ ਜਿਹੜਾ ਗਰੀਬਾਂ ਨੂੰ ਜੁੱਟ ਫ੍ਰੀ ਵਾਲਾ ਮਿਲਦਾ ਹੁੰਦਾ, ਬਹੁਤ ਉੱਪਰ ਤੱਕ ਪਹੁੰਚਿਆ ਜੀ, ਬਹੁਤ ਉੱਪਰ ਤੱਕ। ਇੱਕ ਗੱਲ ਤੁਹਾਨੂੰ ਹੋਰ ਦੱਸਾਂ ਜੀ, ਮੁੰਡੇ ਦੇ ਮਾਂ ਬਾਪ ਦੀ ਉਮਰ 50-52 ਸਾਲ ਆ ਜੀ ਸਾਰੀ, ਉਹ ਪਰ ਤੁਹਾਨੇ ਬੜੇ ਭਾਵੇਂ ਚਲਵਾਈ ਹੋਈ ਆ ਜੀ, ਬਹੁਤ ਉੱਪਰ ਤੱਕ ਪਹੁੰਚਿਆ ਜੀ, ਬਹੁਤ ਉੱਪਰ ਤੱਕ। ਆ ਜਾਓ ਜੀ ਮੁੰਡੇ ਵਾਲਿਆਂ ਦਾ ਨੀਕ ਜਿਹੜ ਕੇ, ਆ ਜਾਓ ਜੀ ਆ ਜਾਓ। ਕੀ ਗੱਲ ਹੋ ਗਈ ਭਾਈ ਸਾਹਿਬ, ਤੁਸੀਂ ਬਾਹਰ ਆ ਗਏ, ਮੁੰਡਿਆਂ ਦਾ ਤੁਹਾਡਾ ਇੰਤਜ਼ਾਰ ਕਰਦੇ ਨੇ, ਆ ਜਾਓ ਆ ਜਾਓ ਆ ਜਾਓ। ਨਹੀਂ ਭਾਈ ਸਾਹਿਬ, ਅਸੀਂ ਆਪਣੀ ਧੀ ਇੱਥੇ ਨਹੀਂ ਵਿਆਹਣੀ। ਪਰ ਕਿਉਂ ਭੈਣ ਜੀ? ਭਾਈ ਸਾਹਿਬ, ਜਿੰਨੀ ਇਹਨਾਂ ਦੀ ਉੱਤੇ ਤੱਕ ਪਹੁੰਚ ਹੈ ਨਾ, ਕੀ ਪਤਾ ਇਹਨਾਂ ਦਾ ਕਿ ਸਾਡੀ ਨਵੀਂ ਵਿਆਹੀ ਧੀ ਦੀ ਵੀ ਇਹ ਵਿਧਵਾ ਪੈਨਸ਼ਨ ਲਵਾ ਦੇਣ। ਬਿਲਕੁਲ ਸਹੀ ਕਿਹਾ, ਤੂੰ ਹੈ ਇਹ ਜੇ ਉੱਚੇ ਖਾਨਦਾਨ ਤੇ ਜਿਹੜਾ ਗਰੀਬਾਂ ਦਾ ਹੱਕ ਖਾਂਦੇ ਹੋਣ। ਬਿਲਕੁਲ ਸਹੀ ਕਹਿ ਕੇ ਕਹਿੰਦੇ ਭਾਈ ਸਾਹਿਬ, ਕਿਤੇ ਤੁਸੀਂ ਵੀ ਅਮੀਰ ਹੋ ਕੇ ਗਰੀਬਾਂ ਦਾ ਹੱਕ ਤਾਂ ਨਹੀਂ ਖਾ ਰਹੇ, ਜੇ ਖਾ ਰਹੇ ਹੋ ਤਾਂ ਲਾਣਤਾਂ ਨੇ ਤੁਹਾਡੇ ਤੇ, ਸਾਡੀ ਸਾਰੀ ਟੀਮ ਵੱਲੋਂ ਲੱਖ ਲੱਖ ਲਾਣਤਾਂ।